ਉਹ ਜਾਂ ਤੇ ਤੁਸੀਂ ਮੈਨੂੰ ਪੱਗ ਵੀ ਇਹ ਰੰਗ ਦੀ ਦੇ ਦਿੰਦੇ ਤੇ ਜਾਂ ਤੁਸੀਂ ਸੂਟ ਇਹ ਰੰਗ ਦਾ ਪਾ ਲੈਂਦੇ ਨਹੀਂ ਚੱਲਿਆਂ ਤੇ ਸੌਰੇ ਆ ਤੇ ਕਿੱਡੀ ਕੁ ਪੱਗ ਬੰਨਣੀ ਆ ਸੂਟ ਨਾਲ ਦੀ ਤੇ ਨਾਲੇ ਮੈਚਿੰਗ ਕੌਣ ਕਰਦਾ ਵਾ ਅੱਜਕੱਲ ਪੁਰਾਣੇ ਰਿਵਾਜਾਂ ਵੱਲ ਬੜਾ ਜਾਂਦੇ ਆ ਤੁਸੀਂ ਜੋਬਨ ਪੁੱਤ ਮੇਰੀ ਤੇ ਦਵਾਈ ਸਾਰੀ ਖਤਮ ਹੋਈ ਆ ਤੇ ਮੇਰਾ ਸਰੀਰ ਨਹੀਂ ਅੱਜ ਠੀਕ ਜਾਂ ਮੇਰਾ ਪੁੱਤ ਜਾ ਕੇ ਮੈਨੂੰ ਦਵਾਈ ਲਿਆ ਦੇ ਮੈਂ ਤੁਹਾਨੂੰ ਤੇ ਪਤਾ ਹੀ ਸਗੋਂ ਜੋਤ ਦੇ ਪਿੰਡ ਚੱਲੇ ਹਾਂ ਅੱਜ ਜੇ ਮੈਨੂੰ ਕੁਝ ਹੋ ਗਿਆ ਤੇ ਮੈਂ ਮੁੜ ਕੇ ਦਵਾਈ ਕੀ ਕਰਨੀ ਆ ਤੇ ਮੈਨੂੰ ਰੁਪਿਆ 2000 ਦਿਓ ਮੈਂ ਤੁਹਾਡੇ ਨਾਲ ਹਿਸਾਬ ਕਰ ਲੈਣਾ ਪੈਸੇ ਤੇ ਹੈਗੇ ਆ ਜੇ ਇਹਦੇ ਪਿਓ ਦੇ ਕਹਿਣ ਤੇ ਮੈਂ 2500 ਦੇਤਾ ਨਾ ਫਿਰ ਨਹੀਂ ਘਰ ਚੱਲਣਾ ਫੇਰ ਤਾਂ ਕਰਦੀ ਆ 500 ਦਿੰਨੀ ਆ ਲੈ ਪੁੱਤ 500 ਰੁਪਈਆ ਹੀ ਜੋ ਮੰਮੀ ਜੀ ਨੂੰ ਫੋਨ ਕਰ ਹੀ ਲਵਾਂ ਦੱਸਦਾ ਵੀ ਅਸੀਂ ਆਉਣਾ ਵਾ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਹਾਂਜੀ ਕੀ ਕਰਦੇ ਪਏ ਸੀ ਠੀਕ ਹੈ ਠੀਕ ਆ ਅਤੇ ਮੈਂ ਨਾ ਦੱਸਣਾ ਸੀ ਕਿ ਅਸੀਂ ਆਉਣਾ ਵਾ ਥੋੜ੍ਹੇ ਕੁ ਟਾਈਮ ਤੱਕ ਅਤੇ ਕਿੱਦਾਂ ਤੁਸੀਂ ਤਿਆਰੀ ਤਿਊਰੀ ਕਰ ਲਈ ਆ ਹਾਂਜੀ ਹਾਂਜੀ ਨਹੀਂ ਮੰਮੀ ਹੁਣੀ ਕਹਿਣ ਡੇ ਸੀ ਵੀ ਫਿਰ ਆਪਾਂ ਹੀ ਆਓ ਹਾਂਜੀ ਨਹੀਂ ਕੋਈ ਨਹੀਂ ਤੁਸੀਂ ਕਰ ਲਓ ਤਿਆਰੀ ਅਤੇ ਫਿਰ ਅਸੀਂ ਆ ਗਏ ਹਾਂ ਹਾਂਜੀ ਹਾਂਜੀ ਚਲੋ ਠੀਕ ਜੀ ਜੋਤ ਹਾਂਜੀ ਗੱਲ ਸੁਣੋ ਬਹਿ ਜਾ ਇੱਕ ਮਿੰਟ ਹਾਂਜੀ ਮੇਰੀ ਗੱਲ ਸੁਣੋ ਹਾਂਜੀ ਜਾਣਾ ਨਹੀਂ ਗਾ ਪਿੰਡ ਤਿਆਰ ਕਿਉਂ ਨਹੀਂ ਹੋਏ ਤੱਕ ਹਾਂਜੀ ਮੈਂ ਤਾਂ ਤਿਆਰ ਹੋ ਗਈ ਸੀ ਅਤੇ ਉਹ ਮੰਮੀ ਜੀ ਹੁਣਾਂ ਨੂੰ ਦੱਸਣ ਦੀ ਸੀ ਤਿਆਰ ਹੋ ਵੀ ਗਏ ਹਾਂਜੀ ਤੇ ਇਹੋ ਸੂਟ ਪਾ ਕੇ ਜਾਣਾ ਵਾ ਰੁਪਿੰਦਰ ਦੀਦੀ ਕਹਿਣ ਡੇ ਸੀ ਕਹਿੰਦੇ ਕਿ ਆਹ ਸੂਟ ਸੋਹਣਾ ਲੱਗਣ ਡਿਆ ਵਾ ਅਤੇ ਤੁਸੀਂ ਇਹੀ ਬਾਜੂ ਉਹ ਜਾਂ ਤਾਂ ਤੁਸੀਂ ਮੈਨੂੰ ਪੱਗ ਵੀ ਇਹ ਰੰਗ ਦੀ ਦੇ ਦਿੰਦੇ ਅਤੇ ਜਾਂ ਤੁਸੀਂ ਸੂਟ ਇਹ ਰੰਗ ਦਾ ਪਾ ਲੈਂਦੇ ਹੁਣ ਇੱਦਾਂ ਜਾਵਾਂਗੇ ਵੱਖਰੇ ਵੱਖਰੇ ਰੰਗ ਦੇ ਕੱਪੜੇ ਪਾ ਕੇ ਅਤੇ ਅਗਲੇ ਕਹਿਣਗੇ ਨਾ ਵੀ ਹਫ਼ਤਾ ਅਜੇ ਵਿਆਹ ਨੂੰ ਹੋਇਆ ਵਾ ਅਤੇ ਲੜਕੇ ਆਏ ਆ ਮੈਨੂੰ ਨਹੀਂ ਪਤਾ ਮੈਂ ਕਿਹਾ ਦੀਦੀ ਨੇ ਕਿਹਾ ਵਾ ਹੋ ਸਕਦਾ ਤੁਸੀਂ ਇਹੀ ਪੱਗ ਬੰਨਣੀ ਹੋਵੇ ਦੇਖਾਂ ਕਿੱਡੀ ਮੈਚਿੰਗ ਦੀ ਆਫਰ ਆਈ ਆ ਇਹਨਾਂ ਨੂੰ ਨਹੀਂ ਚੱਲਿਆਂ ਤੇ ਸਹੁਰੇ ਆ ਅਤੇ ਕਿੱਡੀ ਕੁ ਪੱਗ ਬੰਨਣੀ ਆ ਸੂਟ ਨਾਲ ਦੀ ਵੀ ਜਿੱਦਾਂ ਦੇ ਹੈਗੇ ਗਾ ਚੱਲ ਜਾਊਗਾ ਜੇ ਜਾਣਾ ਵਾ ਦੇ ਆਖਰ ਹੀ ਆਈ ਇਹਨਾਂ ਦੇ ਭਾਅ ਦੀ ਕਿਤੇ ਇੰਨੀਆਂ ਚੀਜ਼ਾਂ ਦਾ ਤਾਂ ਤੁਹਾਨੂੰ ਆਪ ਪਤਾ ਹੋਣਾ ਚਾਹੀਦਾ ਵਾ ਪਹਿਲੀ ਵਾਰੀ ਅਸੀਂ ਪਿੰਡ ਜਾਣਾ ਫਿਰ ਆਪਾਂ ਹੁਣ ਕੀ ਕਹਿਣਗੇ ਅਗਲੇ ਉਹ ਤੁਸੀਂ ਇੱਦਾਂ ਕਰੋ ਜਾਓ ਸੂਟ ਬਦਲ ਕੇ ਆਓ ਫਿਰ ਠੀਕ ਠੀਕ ਗਏ ਨਹੀਂ ਭਾਬੀ ਹਾਲੇ ਤੱਕ ਤੁਸੀਂ ਬਸ ਦੀਦੀ ਚੱਲੇ ਸੀ ਅਤੇ ਕਹਿੰਦੇ ਸੀ ਵੀ ਸੂਟ ਬਦਲ ਲਓ ਇਹਨਾਂ ਨੇ ਪੱਗ ਹੋਰ ਬੱਧੀ ਆ ਫਿਰ ਉਹ ਵਾਲਾ ਸੂਟ ਪਾ ਲੈਂਦੀ ਆ ਅਤੇ ਨਾ ਕੀ ਹੋਇਆ ਵਾ ਸੂਟ ਨੂੰ ਚੰਗਾ ਭਲਾ ਸੂਟ ਆ ਹਾਂ ਸੂਟ ਮੈਂ ਨਾ ਤਾਂ ਖੁਦ ਕੱਢ ਕੇ ਦਿੱਤਾ ਸੀ ਵੀ ਇਹ ਸੋਹਣਾ ਲੱਗਣ ਦਿਆ ਆ ਅਤੇ ਨਾਲੇ ਮੈਚਿੰਗ ਕੌਣ ਕਰਦਾ ਵਾ ਅੱਜ ਕੱਲ੍ਹ ਪੁਰਾਣੇ ਰਿਵਾਜਾਂ ਵੱਲ ਬੜਾ ਜਾਂਦੇ ਆ ਤੁਸੀਂ ਮੈਂ ਤਾਂ ਦੀਦੀ ਖੁਸ਼ ਹਾਂ ਵੀ ਮੈਂ ਇਹੀ ਪਾ ਕੇ ਚੱਲ ਜਾਂਦੀ ਹਾਂ ਉਹ ਬਹੁਤ ਸੋਹਣਾ ਵਾ ਸੂਟ ਚੁੱਪ ਕਰਕੇ ਤਾਂ ਜਾਊ ਹੋ ਗਿਆ ਉਦੋਂ ਟਾਈਮ ਵੇਖ ਕਿੰਨਾ ਹੋ ਗਿਆ ਆ ਅਤੇ ਕਿਹੜੇ ਵੇਲੇ ਜਾਣਾ ਅਤੇ ਕਿਹੜੇ ਵੇਲੇ ਆਉਣਾ ਤੁਸੀਂ ਠੀਕ ਹੈ ਦੀਦੀ ਆਹ ਤਾਂ ਜਾਓ ਤਾਂ ਟਾਈਮ ਨਾ ਆਓ ਠੀਕ ਆ ਨਾ ਬਹੁਤਾ ਕਵੇਲਾ ਨਾ ਕਰਕੇ ਆਇਓ ਤੁਸੀਂ ਦੱਸੋ ਵੀ ਮੈਂ ਹੁਣ ਕਿੱਦਾਂ ਕਰਾਂ ਦੀਦੀ ਕਹਿੰਦੇ ਆ ਵੀ ਆਹੀ ਸੂਟ ਪਾ ਜਾ ਅਤੇ ਤੁਸੀਂ ਕਹਿੰਦੇ ਹੋ ਵੀ ਹੋਰ ਪਾ ਜਾਣਾ ਤੁਸੀਂ ਦੀਦੀ ਨਾਲ ਵਾ ਕੇ ਮੇਰੇ ਨਾਲ ਜਾਣਾ ਵਾ ਚੰਗਾ ਲੱਗਦਾ ਵੀ ਇੱਦਾਂ ਜਾਂਦੇ ਤੁਸੀਂ ਸਗੋਂ ਬਦਲਾਉਣਾ ਸੀ ਜਾ ਕੇ ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਛੱਡੋ ਇਹ ਸਾਰੀਆਂ ਗੱਲਾਂ ਜੇ ਇੱਦਾਂ ਹੀ ਕਰਦੇ ਰਹੇ ਤਾਂ ਹੋਰ ਲੇਟ ਹੋ ਜਾਵਾਂਗੇ ਉੱਧਰੋਂ ਵੀ ਵਾਪਸ ਆਉਣਾ ਕਿ ਨਹੀਂ ਅਤੇ ਕੋਈ ਨਹੀਂ ਤੁਸੀਂ ਗੁੱਸਾ ਨਾ ਕਰੋ ਮੈਂ ਅੱਗੇ ਤੋਂ ਖਿਆਲ ਰੱਖੂੰਗੀ ਇਹਨਾਂ ਚੀਜ਼ਾਂ ਦਾ ਚਲ ਕੋਈ ਨਹੀਂ ਬੈਠੋ ਤੁਸੀਂ ਮੈਂ ਮੋਟਰਸਲ ਮਾੜਾ ਜਿਹਾ ਕੱਪੜਾ ਮਾਰ ਲਾਂ ਫਿਰ ਚੱਲੀਏ ਹੈ ਚਲੋ ਬੈਠੋ ਜੋਤ ਚਲਾਓ ਫਿਰ ਚੱਲੀਏ ਮੈਂ ਚੱਲ ਪਰਸ ਪੁਰਸ ਲੈ ਆਓ ਆਪਣਾ ਜੋਬਨ ਪੁੱਤ ਮੇਰੀ ਤੇ ਦਵਾਈ ਸਾਰੀ ਖਤਮ ਹੋਈ ਆ ਤੇ ਮੇਰਾ ਸਰੀਰ ਨਹੀਂ ਅੱਜ ਠੀਕ ਜਾਂ ਮੇਰਾ ਪੁੱਤ ਜਾ ਕੇ ਮੈਨੂੰ ਦਵਾਈ ਲਿਆ ਦੇ ਮੈਂ ਤੁਹਾਨੂੰ ਤੇ ਪਤਾ ਹੀ ਸਗੋਂ ਜੋਤ ਦੇ ਪਿੰਡ ਚੱਲੇ ਹਾਂ ਅੱਜ ਤੇ ਤੁਸੀਂ ਇਦਾਂ ਕਰੋ ਤੁਸੀਂ ਨਾ ਦਵਾਈ ਮੈਨੂੰ ਦੇ ਦਿਓ ਪਰਚੀ ਤੇ ਮੈਂ ਉਦੋਂ ਤੋਂ ਦਵਾਈ ਲਿਆਉਂਗਾ ਵੀ ਤੈਨੂੰ ਤਾਂ ਸ਼ਾਮਾਂ ਪੈ ਜਾਣੀਆਂ ਵਾ ਜੇ ਮੈਨੂੰ ਕੁਝ ਹੋ ਗਿਆ ਤੇ ਮੈਂ ਮੁੜ ਕੇ ਦਵਾਈ ਕੀ ਕਰਨੀ ਆ ਉਹ ਮੰਮੀ ਤੁਹਾਨੂੰ ਕੀ ਹੋਣਾ ਵਾ ਥੋੜੀ ਬਹੁਤੀ ਹੋਣੀ ਆ ਘਰ ਸਰਦਾ ਤੇ ਸਾਰ ਲਓ ਵੀ 10 ਮਿੰਟ ਦਾ ਤੇ ਰਾਹ ਵਾ ਕਿੰਨਾ ਚਿਰ ਲੱਗ ਜਾਣਾ ਵਾ ਜਾਂ ਭੱਜ ਕੇ ਦਵਾਈ ਫੜ ਕੇ ਲਿਆ ਦੇ ਫੇਰ ਚੱਲ ਜੀ ਚੱਲ ਲਿਆ ਦੋ ਮੈਂ ਲਿਆ ਦੇ ਲੈ ਫੜ ਪੈਸੇ ਵਿੱਚ ਹੀ ਇਹਦੇ ਵਿੱਚ ਹੀ ਆ ਜੇ ਕੱਟਣਗੇ ਤਾਂ ਤੇਰੇ ਕੋਲ ਹੋਣੇ ਆ ਥੋੜੇ ਬਹੁਤੇ ਪਾ ਲਈ ਆਪਣੇ ਕੋਲ ਕੋਈ ਨਹੀਂ ਮੈਂ ਲੈ ਦੇਣਾ ਜਾਂ ਛੇਤੀ ਆ ਜੀ ਠੀਕ ਤੁਸੀਂ ਇੱਦਾਂ ਕਰੋ 2 ਮਿੰਟ ਵੇਟ ਕਰੋ ਅਤੇ ਮੈਂ ਦਵਾਈ ਲਿਆਵਾਂ ਮੰਮੀ ਦੀ ਠੀਕ ਆ ਫਿਰ ਚੱਲਦੇ ਹਾਂ ਬੈਠੋ
मैं ते मम्मी नू क्या ही पे ही पंजा नहा मिंटां च आ जाना है ते मैनू लगदा वा पे ही लेट ही हो जाना है। चल हुण ये आ जान छेती ते फेर ही आ पता नहीं जोत। हाँ जी मम्मी। शामा नू आ जाओगे ना? हाँ जी मम्मी जी शामी आ जाना। टाइम ना आ जाओ आन के पुत घर का भी काम करना चुल्हे चौंके का मेरा शरीर नहीं गा ठीक तो उन्होंने न्याणी नू पता नहीं लगता कि किदा काम करना वा। नहीं नहीं मम्मी जी आ जाना है बस ये है आ जाने दवाई लैके तो फिर अं जल्दी चल जाना है तो शामी आ ही जाना। चल ठीक है टाइम ना तुर पियो समा नहीं गा चंगा। हाँ जी कोई गल नहीं जो बन्ने आ ही जाना वा दह मिनटा तक तो जाओ चल जाओ तो यह ना हो जाके उत्थे तो होर ही मन बना लो फिर रात रहना वा माँ प्यो कहिंदे हुंदे आ फिर रात रहो सवेरे चल जाओ। ठीक है मम्मी ये तुहाडे ते जे सारी गल हुण दोवां जाणिआं ते। नहीं नहीं मम्मी जी ही आ जाना है। चज दी सलाह देनी नहीं गी इन्हे वगड़ा देना मेरी नौ तुरी ही रही तुरी ही रही। चल कोई गल नहीं वह भी नवी समी आ अजे मैं कुछ कह नहीं सकती जेरी कपेत पाँदी है ना तो इन्हू तो हूँ मैं हटाई हाँ नहीं तो इन्हें तो ना निकी निकी गल दसी जानी तेरी सस इदा वा तेरा सहुरा इदा वा ननान तेरी इदा वा कोई गल नहीं दो चार दिन कर ला जड़ियाँ गल् कर तेनों तो मैं हटाऊंगी तीन आते रहा करो बड़ा वधिया लगता है। नहीं बेटा चलो मैं तो आती जाती रही मैं नहीं प्यो ना तेरी सस मत्थे वट पावे कि ये रोज आ जाती है। नहीं नहीं कोई नहीं तीन आया करो रोज ही अच्छ तैयार हुई कित चली हाँ बीजी पिंड चली हाँ तो वो मम्मी जी कहते ही इन्हों भी तीन दवाई लिया दो एडे तक गए मैं लगता आँदे ही होने तो फिर अं जाना है पिंड। चल फिर आ जाएगा तो फिर तुम ना आ जाओ शामा चंगा। हाँ जी बीजी कोई नीरपिंदर तू इतें बैठी हाँ बार का भी ध्यान रख्या कर की हो रोटी कली बैठी ही तो ताई आ बह गई लागे उन्हें कोई चज की गल नहीं दसनी यह की करना ही है मैनू तो आप समझ नहीं आती अं तेन मूँह भी नहीं लाते फिर भी नहीं हटती रोज मूँह चुक ही आ जाती है। जा मेरी ती उन्हू कह भी ताई जी तुम कोई बस सदन दिया वा कला मम्मी मैं ही कह जा आप ही कला देनी हैगा। नहीं मेरी गल तो फिर ता चढ़नी आ रोटी कहना वेख ला तेरी सस इदा करती है जा मेरी ती तो कह तेन सदन दिया बार चल मैं जानी हाँ भला जा कह के इन्हें बिगाड़ देनी अम्मी गल कर करके तेन मैं कह नहीं मैनू समझ नहीं आती भी की करती फिरती माता इन्हें तो हाडे घर की निकी निकी गल उन्हू दस देनी है भी ताडे घर आ बनता वा आ हुंदा वा। चल रुपिंदर गई तो हैगी कलूगी हूँ तो उन्होंने भी मैं समझा देना वा भी बहुती ना टोक टोक के लागे ना ब्याह कर जे मैं तेरी सस वा तो मैं ही रहना वा घर की गल नहीं सारी दसी दी हुंदी भी कित्थे जाना वा तो कित्थों आना वा। सत श्री अकाल जी। सत श्री अकाल। होर ठीक ठाक? हाँ ठीक है। तो तुम इतने बैठे आ तो पोता ढा आवाजा मारन दिया बार गली च डिया खेडन की कर लिया वह बीजी कला डिया जे बार तो गड्डिया बड़िया लंघन दया आ तो मैं ज्यादा भाभी घर होने उन्हों का ध्यान नहीं होना। चंगा फिर मैं जानी हाँ आहो जाओ वेख लो जाके न्याणे का पता नहीं होंगे कभी इधर उधर चल जाते हैं। भाभी किधर आई है ताई? कुछ नहीं उदा ही कहते भी मैं आ गई हाँ इधर जा रही हाँ तो मैं चल वेख जा भी की कर दे इनू ना आदत बड़ी है घर घर फिरन की तो इतों थोड़ी जी ना बच के रहा कर। कोई नहीं दीदी वैसे उन्होंने कोई गल तो नहीं की उदा ही रही कह तेन की पता तू हाले मैं नवी आई है तो तहूँ की पता उन्होंने सुभा का नीति ये साढ़ा ना गवाढ़ नहीं गा चंगा तेनू ना इन्हों का भेत पाना ही पैना वा ये आँदी है साढ़े घर का भेत लैन भी वोटी की गल करती है पुत अपने घर की सारी गल नहीं दसी दी होंगी किस टाइम अपने घर लून ना भी खानी पैंती है तो जोड़ा शरीका वा ना वो तमाशा वेंदा हों वा। कोई नहीं मम्मी जी मैं ध्यान रखूँगी इन्होंने गलों का वैसे बीजी ने मैनू कुछ नहीं कहा उदा ही कहें मैं आ गई हाँ।
ਚੱਲ ਮੰਮੀ ਮੇਰੀ ਸੁਣੋ ਗੱਲ ਜਦੋਂ ਆਉਂਦੇ ਹੁੰਦੇ ਆ ਨਾ ਘਰ ਤੇ ਭਾਬੀ ਤੁਸੀਂ ਘੱਟ ਹੀ ਲੱਗੇ ਵਿਆਹ ਕਰੋ ਠੀਕ ਹੈ ਮੰਮੀ ਹੈਗੇ ਲੱਗੇ ਬਹਿਣ ਨੂੰ ਕੋਈ ਨਹੀਂ ਇਹ ਬਹਿ ਜਾ ਕਰਨਗੇ ਠੀਕ ਬਸ ਸਤਿ ਸ਼੍ਰੀ ਅਕਾਲ ਬੁਲਾਈ ਚਾਹ ਪਾਣੀ ਪੁੱਛਿਆ ਤੇ ਬਸ ਪੁੱਤ ਗੁੱਸਾ ਨਾ ਕੀਤਾ ਵੀ ਮਾਂ ਨੇ ਇਹ ਗੱਲ ਕਹੀ ਆ ਪਰ ਮੈਨੂੰ ਵੀ ਦੁੱਖ ਵਾ ਤੇ ਫੇਰ ਕਿਸੇ ਨੇ ਮੁੜ ਕੇ ਮੈਨੂੰ ਕਹਿਣਾ ਤੇ ਕਿਸੇ ਨੇ ਤੈਨੂੰ ਕਹਿਣਾ ਉਹ ਚਲੋ ਕੋਈ ਨਹੀਂ ਮੰਮੀ ਛੱਡੋ ਠਾਂ ਕਿੱਡੀ ਕੀ ਗੱਲ ਹੋ ਗਈ ਕੋਈ ਗੱਲ ਨਹੀਂ ਰਪਿੰਦਰ ਜਾਓ ਦੋਵੇਂ ਜਾਣੀ ਅੰਦਰ ਚਲ ਜਾਓ ਤੇ ਨਾਲੇ ਘੁੱਟ ਚਾਹ ਬਣਾ ਲਓ ਜੋਬਨ ਨੇ ਕੀਤਾ ਕਦੋਂ ਆਉਣਾ ਵਾ ਤੇ ਨਾਲੇ ਇਹ ਘੁੱਟ ਪੀ ਲੂਗੀ ਤੇ ਨਾਲੇ ਮੈਨੂੰ ਦੇ ਘੁੱਟ ਬਣਾ ਕੇ ਕੋਈ ਨਹੀਂ ਬਣਾਏ ਨੇ ਆ ਜਾ ਭਾਬੀ ਚੱਲੀ ਅੰਦਰ ਮੰਮੀ ਬੈਠੇ ਪੁੱਤ ਹਾਂ ਬੈਠੀ ਆ ਲੈਣ ਦੀ ਦਵਾਈ ਆ ਲਓ ਤੁਹਾਡੀ ਦਵਾਈ ਮੇਰੀ ਗੱਲ ਸੁਣੋ 200 ਰੁਪਈਆ ਤਾਂ ਤੁਸੀਂ ਵਿੱਚ ਪਾਇਆ ਸੀਗਾ ਉਹਦੀ ਥੋੜੀ ਦਵਾਈ ਆਉਣੀ ਸੀਗੀ 1300 ਦੀ ਦਵਾਈ ਆਈ ਜੀ ਤੇ 1100 ਮੈਂ ਆਪਣਾ ਪਾਇਆ ਵਿੱਚ ਤੂੰ ਥੋੜੀ ਲੈ ਆਉਂਦਾ ਥੋੜੀ ਕੀ ਲਿਆਉਣੀ ਸੀ ਮੁੜ ਕੇ ਫੇਰ ਇਹੋ ਕੰਮਾਂ 'ਚ ਰਹਿਣਾ ਵਾ ਤੁਸੀਂ ਮੇਰੀ ਗੱਲ ਸੁਣੋ ਮੇਰੇ ਕੋਲ ਹੁਣ ਜਾਣ ਨੂੰ ਹੈ ਨਹੀਂ ਕੋਈ ਪੈਸਾ ਤੇ ਮੈਨੂੰ ਰੁਪਈਆ 2000 ਦਿਓ ਮੈਂ ਤੁਹਾਡੇ ਨਾਲ ਆ ਕੇ ਹਿਸਾਬ ਕਰ ਲੈਣਾ 2000 ਆਹੋ ਇੰਨੇ ਕੀ ਕਰਨੇ ਪੁੱਤ ਤੂੰ ਉਹ ਚੱਲ ਉੱਥੇ ਕਿਸੇ ਨੂੰ ਦੇਣਾ ਹੀ ਪੈ ਜਾਂਦਾ ਵਾ ਰਾਹ 'ਚ ਕਿਤੇ ਲੋੜ ਪੈ ਜਾਂਦੀ ਆ ਪਹਿਲੀ ਵਾਰੀ ਅਸੀਂ ਜਾਣਾ ਵਾ ਕੁਛ ਖਾਣਾ ਵੀ ਪੈਣਾ ਵਾ ਚੱਲ ਕੋਈ ਨਹੀਂ ਮੈਂ ਵੇਖਦੀ ਹਾਂ ਵੀ ਘਰ ਕਿੰਨੇ ਆ ਫਿਰ ਦਿੰਦੀ ਹਾਂ ਤੈਨੂੰ ਪੈਸੇ ਕੋਈ ਨਹੀਂ ਮੈਨੂੰ ਦਿਓ ਹੈ ਜੋਤ ਗੱਲ ਸੁਣੋ ਚੱਲੀਏ ਆਪਾਂ ਫਿਰ ਪਿੰਡ ਹਾਂਜੀ ਤੁਸੀਂ ਪਰਸ ਲਿਆਓ ਆਪਣਾ ਅਤੇ ਮੈਂ ਉੱਥੇ ਬਾਹਰ ਖਲੋਤਾ ਫਿਰ ਆ ਜਾਓ ਹੈ ਤੁਸੀਂ ਆਹ ਕੀ ਕਰਨ ਡਏ ਜੇ ਨਿਆਣੇ ਵਾਂਢੇ ਚੱਲੇ ਆ ਜੋਬਨ ਸਹੁਰੇ ਚੱਲਿਆ ਅੱਜ ਤੂੰ ਪੈਸੇ ਮੰਗਣ ਡਿਆ ਵਾ ਤੇ ਪੈਸੇ ਦਿਓ ਉਹਨੂੰ ਤੇ ਤੂੰ ਦੇ ਦੇਣੇ ਪੈਸੇ ਤੇ ਤੇਰੇ ਕੋਲ ਹੀ ਮੇਰੇ ਕੋਲ ਪੈਸੇ ਕਿੱਥੇ ਆ ਨਾਲੇ ਉਹ 2000 ਰੁਪਈਆ ਮੰਗਣ ਡਿਆ ਵਾ ਤੇ ਦੋ ਉਹਨੇ ਉੱਥੇ ਕੀ ਕਰਨਾ ਵਾ ਰਮਨ ਉਹਨੇ ਅਕਸਰ ਫਰੂਟ ਫਰਾਟ ਵੀ ਖਾਣਾ ਪਹਿਲੀ ਹੈ ਤੇ ਉਹਨੇ ਵਿਚਾਰੇ ਨੇ ਜਾਣਾ ਚੱਲ ਜਿੰਨੇ ਦੇਣੇ ਆ ਨਾ ਆਣ ਕੇ ਤੇ ਦੇ ਦਿਓ ਉਹਨੂੰ ਫਿਰ ਰਮਨ ਸਾਰਾ ਰੱਖਣ ਰਖਾਉਣ ਤੇ ਤੇਰੇ ਕੋਲ ਵਾ ਜੋ ਸਗਨ ਦਾ ਪੈਸਾ ਤੇਲਾ ਹੋਇਆ ਤੇ ਉਹਦਾ ਵੀ ਪੈਸਾ ਸਭ ਕੁਝ ਤੇਰੇ ਕੋਲ ਹੀ ਪਿਆ ਵਾ ਤੇ ਜਿੰਨੇ ਮੰਗਦੇ ਦੇ ਦੇ ਉਹਨਾਂ ਨੂੰ ਉਹ ਤਾਂ ਫਿਰ 2000 ਮੰਗਣ ਡਿਆ ਵਾ ਤੇ ਮੈਂ ਫਿਰ ਦੋ ਹੀ ਦੇ ਦਾਂ ਉਹਨੂੰ ਓਏ ਉਹਨੂੰ 500 ਰੁਪਇਆ ਸਗੋਂ ਵੱਧ ਦੇ ਤੁਸੀਂ ਦੋਦੇ ਵੱਲ ਦੀ ਗੱਲ ਕਰਨੀ ਅੱਜ ਪਹਿਲੀ ਵਾਰ ਜਾਣਾ ਵਾ ਜੇ 500 ਵੱਧ ਦੇਤਾ ਨਾ ਉਹਨੇ ਤਾਂ ਹਰ ਵਾਰੀ ਕਿਹਾ ਕਰਨਾ ਮੈਨੂੰ ਇੰਨੇ ਪੈਸੇ ਚਾਹੀਦੇ ਆ ਯਾਰ ਮਨ ਜੇ ਉਹਨਾਂ ਦਾ ਨਿਆਣਾ ਕੋਈ ਹੋਇਆ ਤੇ ਉਹਨੂੰ ਦੇਣੇ ਪਏ ਤੇ ਫਿਰ ਵਿਚਾਰਾ ਕੀ ਕਰੂਗਾ ਉਹ ਚੰਗਾ ਦੇ ਦਿੰਨੀ ਆ ਹਰ ਵਕਤ ਇਦਾਂ ਹੀ ਕਰਦੇ ਰਿਹਾ ਕਰੋ ਜੇ ਮੈਂ ਸਾਰੀਆਂ ਗੱਲਾਂ ਇਹਨਾਂ ਦੀਆਂ ਮੰਨਣ ਡਿਆ ਪਈ ਨਾ ਫੇਰ ਤਾਂ ਆਪਣਾ ਘਰ ਚੱਲ ਗਿਆ ਇਹ 2500 ਰੁਪਈਆ ਦੇ ਦੇ ਰੁਪਈਆ ਦੇਣਾ ਮੈਂ 500 200 ਦਾ ਤੇਲ ਪਾ ਲੈਣਗੇ ਤੇ 100 ਦਾ ਕੋਈ ਖਾਣ ਪੀਣ ਨੂੰ ਲੈ ਜਾਣਗੇ ਤੇ 200 ਰੁਪਈਆ ਇਹਨਾਂ ਦੇ ਕੋਲ ਥੋੜ੍ਹਾ ਵਾ ਇਹਨਾਂ ਕਿਹੜੀ ਸੁੱਟ ਕਰਨੀ ਆ ਉੱਥੇ ਘਰ ਦੀ 100 ਚੀਜ਼ ਲਿਆਉਣੀ ਕਰਨੀ ਹੁੰਦੀ ਆ ਇਹਨਾਂ ਨੂੰ ਜਿੰਨੇ ਫੜਾ ਤੇ ਇਹਨਾਂ ਖਰਚ ਕੇ ਆ ਜਾਣਾ ਨਾਲੇ ਪਹਿਲੀ ਵਾਰ ਇਹਨਾਂ ਜਾਣਾ ਵਾ ਜੇ ਪਹਿਲੀ ਵਾਰ ਇੰਨੇ ਪੈਸੇ ਦੇ ਤੇ ਨਾ ਫਿਰ ਰੋਟੀ ਦਾ ਵੀ ਮੂੰਹ ਪੈ ਜਾਣਾ ਵਾ ਵੀ ਤੇਰੀ ਮਾਂ ਦੇ ਹੀ ਦਿੰਦੀ ਆ ਜੇ ਪਹਿਲੀ ਵਾਰ 2500 ਦਿੱਤਾ ਸੀ ਹੁਣ 3000 ਮੰਗ ਨਹੀਂ ਨਹੀਂ ਮੈਂ ਨਹੀਂ ਇੱਦਾਂ ਹੋਣ ਦੇਣਾ 500 ਦਿੰਨੀ ਆ ਜਾ ਕੇ ਕਹੂੰਗੀ ਵੀ ਘਰ ਇੰਨੇ ਹੀ ਆ ਪੈਸੇ ਤਾਂ ਹੈਗੇ ਆ ਜੇ ਇਹਦੇ ਪਿਓ ਦੇ ਕਹਿਣ ਤਾਂ ਮੈਂ 2500 ਦੇਤਾ ਨਾ ਫਿਰ ਨਹੀਂ ਘਰ ਚੱਲਣਾ ਫਿਰ ਤਾਂ ਕਰਦੀ ਹਾਂ 500 ਦਿੰਨੀ ਆ ਅਤੇ ਆ ਲੈ ਬੜੇ ਆ ਲੈ ਪੁੱਤ 500 ਰੁਪਈਆ ਹੀ ਜੋ ਮਸ ਵੱਧ ਲੈ ਦੇਣੇ ਸੀਗੇ ਉਹ ਘਰ ਇੰਨੇ ਕੀ ਆ ਬਾਕੀ ਨਾ ਕਢਾਉਣ ਵਾਲੇ ਆ ਤੇ ਡੈਡੀ ਤੇਰੇ ਕੰਮ ਕਰਨ ਡਏ ਆ ਤੇ ਨਾਲੇ ਇੰਨਾ ਖਰਚਾ ਨਹੀਂ ਪੁੱਤ ਕਰੀਦਾ ਹੁੰਦਾ ਚਲੋ ਕੋਈ ਨਹੀਂ ਜਾਓ ਟਾਈਮ ਨਾ ਹੋ ਕੇ ਤੇ ਆਓ ਚੱਲ ਆ ਜਾਓ ਤਾਂ ਬੈ ਉਹ ਨਹੀਂ ਕੋਈ ਗੱਲ ਨਹੀਂ ਤੁਹਾਡੇ ਪੈਸੇ ਥੋੜ੍ਹੀ ਵਰਤਣੇ ਆ ਮੈਂ ਤੁਸੀਂ ਆਪਣੇ ਕੋਲ ਹੀ ਰੱਖੋ ਕਿਤੇ ਲੋੜ ਪਊਗੀ ਨਾ ਫਿਰ ਵਰਤ ਲਿਓ ਤੁਸੀਂ ਆਪੇ ਕੋਈ ਗੱਲ ਨਹੀਂ ਹੁਣ ਪਿੰਡ ਤੇ ਜਾਣਾ ਹੀ ਆ ਥੋੜੇ ਬੋਟੇ ਛੱਡਣ ਦੇ ਹੋਏ ਸੀ ਤੂੰ ਮੇਰੇ ਕੋਲ ਹੀ ਨਹੀਂ ਜੇ ਲੋੜ ਹੋਊਗੀ ਤੇ ਮੈਨੂੰ ਦੱਸ ਦਿਓ ਚਲੋ ਬਈ ਮੌਸਮ ਵੀ ਨਾ ਹੌਲੀ ਹੌਲੀ ਬਦਲ ਹੀ ਗਿਆ ਵਾ ਹੁਣ ਹਾਂ ਪੈ ਗਿਆ ਫਰਕ ਅੱਗੇ ਠੰਡ ਲੱਗਦੀ ਹੁਣ ਅੱਜ ਆਉਂਦੇ ਤੇ ਗਰਮੀ ਲੱਗਣ ਦੀ ਸੀ ਅਲੱਗ ਉਹ ਤਾਂ ਚਾਹ ਪੀਓ ਮੰਮੀ ਕਾਨੂੰ ਹੀ ਨਹੀਂ ਖੇਚਲ ਕਰਨੀ ਤੁਸੀਂ ਉਹ ਕੋਈ ਨਹੀਂ ਖੇਚਲ ਕਰਦੀ ਖੇਚਲ ਕਰਦੀ ਚਲੋ ਫਿਰ ਵੀ ਹੋਰ ਡੈਡੀ ਹੁਣੀ ਠੀਕ ਠਾਕ ਡੈਡੀ ਹੁਣੇ ਵਧੀਆ ਨੇ ਠੀਕ ਕਹਿੰਦੇ ਸੀਗੇ ਕਹਿੰਦੇ ਤੁਸੀਂ ਹੋ ਆਓ ਪਹਿਲਾਂ ਅੱਛਾ ਤੇ ਅਸੀਂ ਫਿਰ ਜਾਵਾਂਗੇ ਠੀਕ ਤੇ ਫਿਰ ਹੁਣ ਅਸੀਂ ਅਗਲੀ ਵਾਰੀ ਸਾਰੇ ਜਣੇ ਇਕੱਠੇ ਆਵਾਂਗੇ ਹੋਰ ਫਸਲਵਾੜੀ ਕਿੱਦਾਂ
ਵਧੀਆ ਠੀਕ ਠਾਕ ਹਾਂਜੀ ਫਤਾ ਕੁਦਾਂ ਪਾਈਆਂ ਸਪਰੇਆਂ ਕੀਤੀਆਂ ਵਾ ਚਲੋ ਵਧੀਆ ਬਾਕੀ ਤੁਹਾਨੂੰ ਪਤਾ ਰੱਬ ਦੇ ਹੱਥ ਵਾ ਜੋ ਮਿਲਣਾ ਉਹ ਹੀ ਮਿਲਣਾ ਪਾਣੀ ਲਾਤੇ ਮੀਂਹ ਤੋਂ ਪਹਿਲਾਂ ਕਿ ਜਾਂ ਨਹੀਂ ਨਹੀਂ ਪਾਣੀ ਇੱਕ ਹੀ ਲਾਇਆ ਸੀਗਾ ਜੀ ਠੀਕ ਹਾਂ ਤੇ ਵਿੱਚੋਂ ਤੁਹਾਨੂੰ ਪਤਾ ਕਹਿੰਦੇ ਆ ਮੀਂਹ ਪੈਣਾ ਵਾ ਕਦੀ ਕਹਿੰਦੇ ਨਹੀਂ ਪੈਣਾ ਠੀਕ ਇੱਦਾਂ ਹੀ ਡਾਵਾਂਡੋਲ ਜਿਹਾ ਹੀ ਕੰਮ ਵਾ ਚਲੋ ਹਾਂਜੀ ਪਰਮਾਤਮਾ ਕਿਰਪਾ ਹੀ ਰੱਖੇ ਬਿਲਕੁਲ ਤੁਸੀਂ ਆਇਓ ਕਿਸੇ ਦਿਨ ਮਾਰਿਓ ਫਿਰ ਕੋਈ ਗੱਲ ਨਹੀਂ ਅਸੀਂ ਆਵਾਂਗੇ ਹਾਂਜੀ ਠੀਕ ਹੈ ਨਾ ਘਰ ਵੀ ਕੰਮ ਵਾ ਇੱਕ ਦੋ ਅਸੀਂ ਸਗੋਂ ਟਾਈਮ ਟੂ ਟਾਈਮ ਕੱਢ ਕੇ ਆਏ ਆ ਮੈਂ ਚੱਲ ਇੱਕ ਵਾਰੀ ਹੋ ਜਾਂਦੇ ਆ ਤੇ ਕੋਈ ਨੀ ਸਾਰੇ ਜੀ ਫਿਰ ਇੱਕ ਵਾਰੀ ਆਵਾਂਗੇ ਚਲੋ ਠੀਕ ਹੈ ਆਪਣੇ ਕੋਲ ਹੀ ਰੱਖੀ ਮੰਮੀ ਜੀ ਇੰਨੀ ਖੇਚਲ ਕਾਹਤੋਂ ਕਰਨ ਦੇ ਜੀ ਅੱਗੇ ਤੁਹਾਨੂੰ ਪਤਾ ਤੇ ਹੈਗਾ ਵਾ ਵੀ ਔਖਾ ਹੋ ਜਾਂਦਾ ਆ ਵਿਆਹ ਤੋਂ ਬਾਅਦ ਸਰਕਲ ਨੂੰ ਤੋਰਨਾ ਕੋਈ ਗੱਲ ਨੀ ਪੁੱਤ ਤੇਰੇ ਵਾਸਤੇ ਨਾ ਰੱਖੇ ਸੀ ਮੇਰੇ ਡੈਡੀ ਨੇ ਤੂੰ ਮੈਨੂੰ ਕਹਿਣ ਡੇ ਜੋਤ ਨੂੰ ਪਿਆਰ ਦੇ ਕਿੱਦਾਂ ਮੰਮੀ ਜੀ ਹੁਣ ਘਰ ਦਾ ਵਧੀਆ ਸਰਦਾ ਜਾਂਦਾ ਠੀਕ ਹੈ ਪੁੱਤ ਵਾਹਿਗੁਰੂ ਦੀ ਕਿਰਪਾ ਆ ਧੀਆਂ ਨੂੰ ਦਿੱਤਿਆਂ ਕਦੇ ਨਾ ਘੱਟ ਨਹੀਂ ਰਿਜਕ ਆਉਂਦਾ ਵੱਧ ਹੀ ਹੁੰਦਾ ਕੋਈ ਗਲਤ ਫਿਕਰ ਨਾ ਕਰ ਪਿੱਛੇ ਦੀ ਉੱਥੇ ਉੱਥੇ ਪਰਿਵਾਰ ਸਾਰਾ ਠੀਕ ਹੈ ਹਾਂਜੀ ਮੰਮੀ ਜੀ ਸਾਰੇ ਵਧੀਆ ਠੀਕ ਠਾਕ ਨੇ ਚੱਲ ਵਧੀਆ ਹਾਂਜੀ ਖੁਸ਼ ਖੁਸ਼ ਰਿਹਾ ਆਪਣੇ ਘਰ ਤੋਂ ਹਾਂਜੀ ਪਰਾਉਣਾ ਠੀਕ ਹੈ ਨਾ ਹਾਂਜੀ ਮੰਮੀ ਜੀ ਠੀਕ ਠਾਕ ਨੇ ਚੱਲ ਮੇਰੀ ਧੀ ਨਾ ਖੁਸ਼ ਰਹੀ ਉੱਥੇ ਤਾਂ ਅਸੀਂ ਆਵਾਂਗੇ ਕਿਸੇ ਦਿਨ ਤੈਨੂੰ ਫਿਰ ਦੋ ਚਾਰ ਦਿਨ ਲਈ ਫਿਰ ਲੈ ਆਵਾਂਗੇ ਘਰ ਠੀਕ ਹੈ ਮੰਮੀ ਜੀ ਤੁਸੀਂ ਛੇਤੀ ਆਇਓ ਹੈ ਠੀਕ ਪੁੱਤ ਕੋਈ ਗੱਲ ਨਹੀਂ ਹਾਂਜੀ ਗਰਮੀ ਜੀ ਹੋ ਗਈ ਹੈ ਨਾ ਹਾਂਜੀ ਜੋ ਪਾਣੀ ਲਿਆਓ ਹੈ ਗਲਾਸ ਲਿਓ ਘਰਦਿਆਂ ਦੀ ਵੀ ਨਾ ਹੱਦ ਹੀ ਹੋ ਗਈ ਆ ਮੰਨ ਲਓ ਜੇ ਸਾਡੇ ਕੋਲ ਆਪਣੇ ਪੈਸੇ ਨਾ ਹੋਣ ਅਤੇ ਇਹਨਾਂ ਦੇ ਹੱਥਾਂ ਵੱਲ ਵੇਖਣਾ ਪਵੇ ਤਾਂ ਫਿਰ ਤਾਂ ਸਾਡਾ ਸਰ ਹੀ ਨਹੀਂ ਸਕਦਾ ਚੱਲ ਕੋਈ ਗੱਲ ਨਹੀਂ ਅਜੇ ਜੋਤ ਵੀ ਨਵੀਂ ਨਵੀਂ ਆ ਗੱਲ ਨਹੀਂ ਆ ਕਰਦੀ ਕੋਈ ਕੱਲ੍ਹ ਨੂੰ ਜਦੋਂ ਭੇਤ ਪਾ ਲਿਆ ਇਹਨੇ ਵੀ ਤਾਂ ਇਹਨੇ ਵੀ ਤਾਂ ਕਿਹਾ ਹੀ ਕਰਨਾ ਵਾ ਚੱਲ ਇੰਨੀ ਗੱਲ ਤਾਂ ਹੈਗੀ ਆ ਨਾ ਜਿਹਦੇ ਕੋਲ ਹੁੰਦੇ ਆ ਤਾਂ ਕਹਿ ਦਿੰਦੀ ਆ ਚੱਲ ਲੈ ਪੈਸੇ ਕੋਈ ਹੈਲੋ ਭਾਂਟ ਆਪ ਪੀ ਲਿਆ ਹਾਂਜੀ ਹਾਂਜੀ ਬਹਿ ਜਾਓ ਇੱਕ ਮਿੰਟ ਠੀਕ ਠਾਕ ਹੀ ਮੰਮੀ ਹੁਣੇ ਹਾਂਜੀ ਠੀਕ ਠਾਕ ਤੇ ਨਾਲੇ ਮੈਂ ਤੁਹਾਨੂੰ ਦੱਸਣਾ ਸੀ ਵੀ ਮੰਮੀ ਹੁਣਾਂ 2000 ਰੁਪਇਆ ਦਿੱਤਾ ਆ ਅੱਛਾ ਤੇ ਉਹ ਤੁਸੀਂ ਲੈ ਲਓ ਮੇਰੇ ਕੋਲੋਂ ਉਹ ਨਹੀਂ ਨਹੀਂ ਮੈਂ ਪੈਸੇ ਕੀ ਕਰਨੇ ਆ ਤੁਹਾਡੇ ਕੋਲ 4000 ਰੁਪਇਆ ਹੈਗਾ ਨਾ ਅੱਗੇ ਹਾਂਜੀ ਤੇ 2000 ਹੁਣ ਦਿੱਤਾ ਵਾ 6000 ਤੁਸੀਂ ਆਪਣੇ ਕੋਲ ਰੱਖੋ ਵੇਖ ਲਓ ਮੈਂ ਕਿਹਾ ਜੇ ਲੋੜ ਆ ਤਾਂ ਤੁਸੀਂ ਲੈ ਲਓ ਕੋਈ ਗੱਲ ਨਹੀਂ ਪਤਾ ਕੀ ਗੱਲ ਵਾ ਇੱਥੇ ਜਿੰਨੇ ਵੀ ਤੂੰ ਦੱਸੇਗੀ ਨਾ ਇਹਨਾਂ ਰੱਖ ਹੀ ਲੈਣੇ ਆ ਆਪਣੇ ਕੋਲ ਰੱਖੋਗੇ ਅਤੇ ਕੱਲ੍ਹ ਨੂੰ ਸਾਊਥਾਂ ਹੀ ਲੋੜ ਹੁੰਦੀ ਆ ਬੰਦਾ ਵਤਨ ਯੋਗਾ ਤਾਂ ਬਣਦਾ ਠੀਕ ਆ ਨਾ ਹਾਂ ਆਪਣੇ ਕੋਲ ਰੱਖਿਓ ਪੈਸੇ ਅਤੇ ਜੇ ਪੁੱਛਣਗੇ ਨਾ ਵੀ ਕੀ ਦਿੱਤਾ ਤੈਨੂੰ ਹਾਂਜੀ ਤਾਂ ਕਹਿ ਦਿਓ ਇਹਨਾਂ ਨੂੰ ਵੀ ਪਤਾ ਵਾ ਹਾਂਜੀ ਕੋਈ ਨਹੀਂ ਮੈਂ ਕਹਿ ਦਿੰਦੀ ਮੈਂ ਇੱਥੇ ਘੜੀ ਬੈਠਾ ਹਾਂ ਆ ਲੈ ਜਾਓ ਭਾਂਡਿਆ ਵੀ ਜੋ ਬਣਾ ਗਏ ਜੀ ਹਾਂਜੀ ਮੈਂ ਆ ਗਏ ਅੱਛਾ ਸਹੁਰੇ ਖੁਸ਼ ਹੋਏ ਫਿਰ ਵਾਵਾ ਹਾਂ ਠੀਕ ਹੀ ਖੁਸ਼ ਸੀਗੇ ਪੁੱਛਣ ਡੇ ਸੀ ਤੁਹਾਡੇ ਵੱਲੋਂ ਅੱਛਾ ਕਹਿ ਰਹੇ ਮੰਮੀ ਡੈਡੀ ਨੂੰ ਨਾਲ ਲਿਆਉਣਾ ਸੀਗਾ ਮੈਂ ਕਿਹਾ ਮੈਂ ਕੋਈ ਨਹੀਂ ਹੁਣ ਅਸੀਂ ਆਏ ਹਾਂ ਅਤੇ ਮੈਂ ਗਾਂਹ ਤੋਂ ਲਿਆਵਾਂਗੇ ਅਗਲੀ ਵਾਰੀ ਨਾਲ ਠੀਕ ਠਾਕ ਰਾਜੀ ਬਾਜੀ ਹੀ ਹੁੰਦਾ ਅੱਛਾ ਚੱਲ ਵਧੀਆ ਹੀ ਚਾਹੀਦੇ ਅਤੇ ਪੁੱਤ ਤੇਰੇ ਸਹੁਰੇ ਨੂੰ ਅਕਲ ਉਕਲ ਨਹੀਂ ਹੈਗੀ ਕਿਉਂ ਜਿੱਦਾਂ ਤੁਸੀਂ ਗਏ ਜੇ ਇੱਦਾਂ ਹੀ ਆ ਗਏ ਜੇ ਕੁੜੀ ਪਹਿਲੀ ਵਾਰ ਗਈ ਸੀ ਕੋਈ ਲੀੜਾ ਕੱਪੜਾ ਨਹੀਂ ਪਾਉਂਦਾ ਇਹਦਾ ਉਹ ਲੀੜੇ ਕੱਪੜੇ ਵੱਲੋਂ ਕਹਿਣ ਡੇ ਸੀਗੇ ਕਹਿੰਦੇ ਵੀ ਸਾਰੇ ਜਣੇ ਆਓਗੇ ਨਾ ਫਿਰ ਲੀੜੇ ਕੱਪੜੇ ਬਣਾਵਾਂਗੇ ਸਾਰੇ ਜਾਣਿਆਂ ਦੀ ਤਾਂ ਗੱਲ ਬਾਅਦ 'ਚ ਵਾ ਜਦੋਂ ਧੀ ਭੈਣ ਨਾ ਪਹਿਲੀ ਵਾਰ ਫੇਰਾ ਪਹੁੰਚ ਜਾਵੇ ਨਾ ਬਣਦੇ ਤਾਂ ਉਦੋਂ ਹੀ ਹੁੰਦੇ ਆ ਤੂੰ ਪਹਿਲੀ ਵਾਰ ਗਿਆ ਹਾਂ ਸਹੁਰੇ ਘਰ ਉਹ ਚਲੋ ਕੋਈ ਗੱਲ ਨਹੀਂ ਮੰਮੀ ਮੈਂ ਉੱਥੇ ਕਿਤੇ ਸੂਟ ਇਕੱਠੇ ਕਰਨ ਗਿਆ ਸੀਗਾ ਕੋਈ ਗੱਲ ਨਹੀਂ ਦਿੱਤਾ ਉਹਨਾਂ ਨੇ ਪਿਆਰ ਥੋੜ੍ਹਾ ਬਹੁਤਾ ਪੁੱਤ ਅਸੀਂ ਉਹਨਾਂ ਦੇ ਕੱਪੜਿਆਂ 'ਤੇ ਤਾਂ ਨਹੀਂ ਆਏ ਪਰ ਜਿਹੜੇ ਰੀਤੀ ਰਿਵਾਜ਼ ਬਣੇ ਹੁੰਦੇ ਆ ਨਾ ਉਹ ਪੂਰੇ ਕਰਨੇ ਹੀ ਪੈਂਦੇ ਆ ਚਲੋ ਕੋਈ ਗੱਲ ਨਹੀਂ ਮੈਂ ਇੱਕ ਮਿੰਟ ਆ ਗਿਆ ਪੈਲੀ ਵੱਲੋਂ ਹੋ ਗਿਆ ਚੰਗਾ
दस अजे विआह नूं एक हफ्ता नहीं होया तो उन्हां दीआं साइडां लैण डिआ वा इहो कहिंदे ही सारे जाणे आओगे तो फिर कपड़े दवांगे सारे जाणे जदों जाणा उदों तो उन्हां दे बांदे ही बांदे आ उह सहान थोड़ा करना उन्हां ने लोकां वाली तां खाधी होई अकल ही है नहीं लोकां नूं की गल्लां करी जाणदे अम्मी गल्ले गल्लां पुत मैं काहदीआं करनीआं वा क्यों आ तेरा भरा नहीं सुखना जे सहुरे गिआ आ गए आ जिदा गया तो उदा ही आ गया ना कोई उन्होंने लीड़ा ना कपड़ा है मां नूं इन्नी अकल नहीं हैगी जो मैं घरों दे के तोरिया वा तो जेडे ओथो मिले तो मैं लैने ही लैने फिर नाले मम्मी मेरी सुनो गल उन्हां दा कपड़े देण दा फर्ज बनता है विआह तो बाद जो फेरा पौन जाइए ना हर कोई दिंदा अपनी धी नूं ठहर के जरे के ना तो मैं उन्हें पूछ दी है कि दिता वा एक बार सुनाई तो सही माड़ा कन्न तो करूगी ना मुड़ के देना गड़ी को मेरा इरादा मैं कहवा कि जो सूट मिले राह सीने दे आई दसूगी ना सही गल वा इदा ही क्यों तुम लागत माड़ी मोटी अकल से आऊगी भी हाँ कुछ लिया ही उतों हूँ जो मैं हाँ गल कही हूँ आंता मैं बंबी तो होकर आ गया मैं चल होया बंबी तो गल टालनी ही किस तरह टाल छड़ी है कोई पर यह भी तुम सुना छड़े हो मैं हमने पूछ लेना ना राह सीने दे आए चल होर नहीं दे जिन्हां ने पहली बार इदा किया जिदन अही सारा टब्बर गए उदन की देना की खून खो देनी उदन ही चाह पानी जिन्ना पिया लिया वा नहीं पिया लिया अजे तो बड़िया सिफतां डिया वा करन गाड़ी वेखो झूठियां ही अम्मी सिफतां उहनां दीआं मैनूं नहीं लगता कि उहनां दे पले को होऊगा चल ओनू दस क्या सब्जी बनाने वाली है घट तो ला तड़का नहीं कहनी है जाके आप ला कपड़े चेंज करके तो करिए कम धंधा मैं आ गई फिर तो आई है तो चल सासी अंकल जी ਸਸੀ ਕਾਲ ਦਲਜੀਤ ਕੀ ਹਾਲ ਚਾਲ ਨੇ ਵਧੀਆ ਵਧੀਆ ਆ ਜਾਓ ਸਸੀ ਅੰਕਲ ਜੀ ਸਸੀ ਕਾਲ ਠੀਕ ਠਾਕ ਹਾਂ ਠੀਕ ਠਾਕ ਹੋ ਤੁਸੀਂ ਸੁਣਾਓ ਪਰਿਵਾਰ ਵਧੀਆ ਵਧੀਆ ਸਭ ਠੀਕ ਠਾਕ ਜੀ ਕੀ ਬਣ ਰਿਹਾ ਅੱਜ ਕੋਈ ਨਹੀਂ ਵਿਹਲੇ ਹੀ ਤੁਹਾਡੇ ਵਾਲੀ ਆਏ ਹਾਂਜੀ 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 ਚਲੀਏ ਫਿਰ ਘਰ ਚੱਲਦੇ ਆ ਨਹੀਂ ਨਹੀਂ ਘਰੇ ਗਏ ਸੀ ਘਰੇ ਗਏ ਅੱਛਾ ਉਹ ਕਹਿੰਦੇ ਸੀ ਵਿਹਲੀ ਆ ਤੇ ਅਸੀਂ ਫਿਰ ਇੱਧਰ ਨੂੰ ਆ ਗਏ ਅੱਛਾ 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 ਠੀਕ ਠੀਕ ਆ ਹਾਂਜੀ ਤੇ ਮੈਂ ਪਹਿਲੇ ਆ ਗਿਆ ਸੀ ਅੱਜ 9 ਤਰੀਕ ਹੋ ਗਈ ਆ ਤੇ ਮੈਂ 15 ਤਰੀਕ ਦਾ ਕਰਾਰ ਹੀ ਤੁਹਾਡੇ ਨਾਲ ਮੈਂ ਪਹਿਲਾਂ ਦੇ ਜੀਦਾ ਮਸ਼ੀਨ ਪਹਿਲਾਂ ਠੀਕ ਆ ਮੇਰੀ ਗੱਲ ਸੁਣ ਹਾਂਜੀ ਤੇਰੇ ਪਿਓ ਨਾਲ ਹੀ ਮੇਰਾ ਬੈਣ ਖਲੋਣ ਹਾਂਜੀ ਠੀਕ ਆ ਤੇ ਨਾਲੇ ਮੈਂ ਕਿਹੜਾ ਸ਼ੋਅ ਕਰ ਰਹੀ ਹਾਂਜੀ ਵੀ ਤੁਹਾਨੂੰ ਵਿਆਜੀ ਪੈਸੇ ਦਿੱਤੇ ਆ ਤੇ ਜੇ 15 ਤੋਂ ਬਾਅਦ ਵੀ ਆਏ ਤੇ ਕਿਹੜੀ ਗੱਲ ਸੀ ਨਹੀਂ ਨਹੀਂ ਕੋਈ ਗੱਲ ਹੁਣ ਹੈਗੇ ਹੀ ਮੈਂ ਕਿਹਾ ਦੇ ਜਾਂਦੇ ਆ ਓਏ ਉਹ ਤਾਂ ਤੇਰੀ ਗੱਲ ਠੀਕ ਵਾ ਹਾਂਜੀ ਪਰ ਤੁਸੀਂ ਬਾਅਦ ਚ ਅਜੇ ਵੀ ਹੈਗਾ ਕਿਤੇ ਲੋੜ ਲਾ ਲਓ ਨਹੀਂ ਨਹੀਂ ਫਰੋ ਤੀ ਨਹੀਂ ਕੋਈ ਨਹੀਂ ਫੇਰ ਲੋੜ ਪਾਉਂਗੇ ਫੇਰ ਲੋੜ ਪਾਉਂਗੇ ਲੈ ਲਾਂਗੇ ਕੋਈ ਗੱਲ ਨਹੀਂ ਦਲਜੀਰ ਇਹਨੂੰ ਨਹੀਂ ਮੈਂ ਪਛਾਣਿਆ ਬਾਉ ਨੂੰ ਕੌਣ ਆ ਤੇ ਲਵਲੀ ਆ ਉਹ ਤੂੰ ਲਵਲੀ ਆ ਹਾਂਜੀ ਹਾਂਜੀ ਅੰਕਲ ਜੀ ਉਹ ਯਾਰ ਮੈਂ ਤਾਂ ਤੈਨੂੰ ਕਿਤੇ ਛੋਟੇ ਹੁੰਦੇ ਨੂੰ ਵੇਖਿਆ ਸੀ ਉਹ ਮੈਂ ਅਸਲ 'ਚ ਨਾ ਚੱਲ ਗਿਆ ਸੀ ਮਾਸੀ ਹੋਣਾ ਕੋਲ ਠੀਕ ਠੀਕ ਉੱਥੇ ਰਹਿੰਦਾ ਰਿਹਾ ਵਾਂ ਤੇ ਹੁਣ ਪੜ੍ਹਾਈ ਪੜ੍ਹੂਈ ਪੂਰੀ ਹੋਈ ਸੀ ਅੱਛਾ 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 ਮੈਂ ਹੁਣ ਆਇਆ ਵਾਂ ਮੈਂ ਤਾਂ ਨਹੀਂ ਤੈਨੂੰ ਪਛਾਣਿਆ ਦਲਜੀਤ ਮੇਰੇ ਕੋਲ ਹੁੰਦਾ ਜਾਂਦਾ ਰਹਿੰਦਾ ਵਾ ਹਾਂ ਇਹ ਫਿਰ ਘਰੇ ਸੀ ਨਾ ਹਾਂ ਤੇ ਮੈਂ ਕਹਿੰਦਾ ਘਰ ਚੱਲਦੇ ਆ ਤੇ ਫਿਰ ਚਾਹ ਪੀ ਕੇ ਜਾਂਦੇ ਬਸ ਨਹੀਂ ਜੇ ਜਾਣਾ ਹਾਂਜੀ ਨਾ ਕੰਮ ਆ ਥੋੜਾ ਜਿਹਾ ਤੇ ਮੈਂ ਚੱਲ ਕਰ ਲੈਂਦੇ ਦਲਜੀਤ ਸਿਆ ਜੇ ਪੈਸਿਆਂ ਦੀ ਲੋੜ ਆ ਤੇ ਅਜੇ ਵੀ ਤੁਸੀਂ ਉਹ ਨਹੀਂ ਨਹੀਂ ਅੰਕਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਈ ਨਹੀਂ ਯਾਰ ਧੰਨਵਾਦ ਅੜੀ ਤੇਰੇ ਪਿਓ ਨਾਲ ਮੇਰਾ ਬਹਿਣ ਖਲੋਣੇ ਸੀ ਹੁਣ ਉਹਨਾਂ ਤੋਂ ਬਾਅਦ ਤੁਹਾਨੂੰ ਮੈਂ ਮਿਲਣਾ ਗਿਲਣਾ ਹਾਂਜੀ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਆਇਓ ਕਿਤੇ ਮਾਰਿਓ ਚੱਲ ਨਹੀਂ ਆਵਾਂਗੇ ਕਿਸੇ ਦਿਨ ਠੀਕ ਹੈ ਚੰਗਾ ਜੀ ਨਾ ਵੀ ਮੁੰਡੇ ਏਡੇ ਮਿਹਨਤੀ ਨਿਕਲੇ ਆ ਵੀ ਅਲਾ ਅੱਜ 15 ਤਰੀਕ ਦਾ ਇਹਨਾਂ ਨਾਲ ਕਰਾ ਰਹੀ ਤੇ ਉਹ ਪਹਿਲਾਂ ਹੀ ਪੈਸੇ ਦੇ ਗਏ ਆ ਤੇ ਮੈਂ ਕਿਹੜੇ ਮੰਗੇ ਸੀ ਤੇ ਜੇ ਲੋੜ ਸੀ ਤੇ ਚੱਲ ਵਰਤ ਵੁਰਤ ਲੈਂਦੇ ਪਰ ਮਿਹਨਤੀ ਆ ਨਾਲੇ ਕੰਮ ਦਾ ਪਤਾ ਰੱਖਦੇ ਆਪਣਾ